देख रहे हो दूसरे के जम प्रदेश से मैं हमदीप आश्चर्य है तो सारे ठीक ठाक होंगे। सो चर्चा बहुत खास है, इन्फॉर्मेटिव शो है ते फिर तो चर्चा मेरे नाल एक बारी जुड़े ने नेविगेटर ओवरसीज तो मैडम वीना गोयल जी। मैडम का बहुत बहुत स्वागत है जी। सत्याकाली सत श्रीकाल सारे जी। ਤੁਸੀਂ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਤੋਂ ਜੁੜ ਸਕਦੇ ਹੋ। ਸਕਰੀਨ ਦੇ ਹੇਠਾਂ ਤੁਹਾਡੇ ਨਾਲ ਅਸੀਂ ਲਗਾਤਾਰ ਨੰਬਰ ਸਾਂਝੇ ਕਰਦੇ ਪਏ ਹਾਂ। ਇੱਕੋ ਬੇਨਤੀ ਪ੍ਰਵਾਨ ਕਰਿਓ, ਟੀਵੀ ਦੀ ਆਵਾਜ਼ ਘਟਾ ਕੇ ਨੈਟਵਰਕ ਚਾ ਕੇ ਸਾਡੇ ਨਾਲ ਗੱਲਬਾਤ ਕਰਨੀ ਹੈ। ਮਲਟੀ ਕੰਟਰੀਜ਼ ਨੂੰ ਲੈ ਕੇ ਅੱਜ ਸਾਡੀ ਇਹ ਚਰਚਾ ਹੋਣ ਵਾਲੀ ਹੈ। ਜੇਕਰ ਤੁਸੀਂ ਕਿਸੇ ਵੱਡੀ ਕੰਟਰੀ ਜਾਣਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਜ਼ਰੂਰ ਜੁੜੋ। ਜੇਕਰ ਕੋਈ ਪਾਥਵੇ ਦੀ ਭਾਲ ਦੇ ਵਿੱਚ ਹੋ ਤਾਂ ਵੀ ਸਾਡੇ ਨਾਲ ਜੁੜ ਸਕਦੇ ਹੋ। ਤੁਸੀਂ ਸਪਾਊਸ ਐਪਲੀਕੇਸ਼ਨ ਅਪਲਾਈ ਕਰਨੀ ਹੈ, ਸਹੀ ਕੰਸਲਟੈਂਟ ਨਹੀਂ ਲੱਭ ਪਾ ਰਹੇ ਹੋ ਤਾਂ ਤੁਸੀਂ ਇੱਕ ਵਾਰੀ ਮੈਡਮ ਤੋਂ ਕੰਸਲਟ ਜ਼ਰੂਰ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਤੁਹਾਨੂੰ ਜਿਹੜੇ ਜਵਾਬ ਹੈ ਅਸੀਂ ਦੇਵਾਂਗੇ। ਮੈਡਮ ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਹੈ, ਅੱਜ ਬਹੁਤ ਟਾਈਮ ਬਾਅਦ ਉਹ ਸਮਾਂ ਚੱਲ ਰਿਹਾ ਜਦੋਂ ਸਾਰੀ ਕੰਟਰੀਜ਼ ਓਪਨ ਨੇ, ਪਰ ਇਸ ਤੋਂ ਵੀ ਜ਼ਿਆਦਾ ਇੱਕ ਸਵਾਲ ਜਿਹੜਾ ਇੰਪੋਰਟੈਂਟ ਹੈ ਉਹ ਇਹ ਕਿ ਕੰਟਰੀਜ਼ ਓਪਨ ਤਾਂ ਹੋ ਗਈਆਂ, ਰਿਜ਼ਲਟ ਪੋਜ਼ਿਟਿਵ ਕਿਹੜੀਆਂ ਕੰਟਰੀਜ਼ ਦੇ ਰਹੀਆਂ ਨੇ, ਕਿਹੜੀ ਕੰਟਰੀ ਵੱਲ ਨੂੰ ਰੁਝਾਨ ਕਰਨ ਦਾ ਫਿਲਹਾਲ ਸਟੂਡੈਂਟ ਨੂੰ ਫਾਇਦਾ ਹੋਣ ਵਾਲਾ। ਦੇਖੋ ਮਨਦੀਪ, ਇਹ ਤੇ ਹਮੇਸ਼ਾ ਹੁੰਦਾ ਰਹੇਗਾ, ਕੋਈ ਕੰਟਰੀ ਥੋੜੀ ਉੱਪਰ ਚੱਲ ਰਹੀ ਹੈ, ਕੋਈ ਨੀਚੇ ਚੱਲ ਰਹੀ ਹੈ। ਦੈਟ ਮੀਨਸ ਕਿ ਹਰ ਉਹਨਾਂ ਦੀ ਆਪ ਦੀ ਰਿਕੁਆਇਰਮੈਂਟ ਹੁੰਦੀ ਹੈ, ਉਹਨਾਂ ਕੋ ਉਹਨਾਂ ਨੇ ਵੀਜ਼ਾ ਦੇਣਾ। ਸੈਕਿੰਡ ਫੈਕਟਰ ਇਹ ਹੁੰਦਾ ਕਿ ਜਿਹੜੇ ਸਟੂਡੈਂਟਸ ਆ ਉਹਨਾਂ ਤੋਂ ਜ਼ਿਆਦਾ ਕੰਪਲੇਂਟਸ ਨਾ ਥੋੜੀ ਬਹੁਤ ਹਰ ਜਗ੍ਹਾ ਚੁੱਕਦੀ ਹੈ। ਹੁਣ ਤੁਸੀਂ ਦੇਖੋ ਹਰ ਜਗ੍ਹਾ ਪੰਜਾਬ ਹਰਿਆਣਾ ਲਾਈਮ ਲਾਈਟ ਚ ਰਹਿੰਦਾ ਹੈ ਨਾ। ਉਹ ਜਦੋਂ ਚਲੇ ਜਾਓ ਯੂਨੀਵਰਸਿਟੀਆਂ, ਪੰਜਾਬ ਦਾ ਬੱਚਾ ਇੱਕ ਡਿਸਕ੍ਰਿਮੀਨੇਸ਼ਨ ਸ਼ੁਰੂ ਹੋ ਚੁੱਕੀ ਹੈ, ਤੇ ਸਟੂਡੈਂਟਸ ਵੀ ਜਿਹੜੇ ਅੱਛੇ ਸਟੂਡੈਂਟਸ ਆ ਉਹਨਾਂ ਨੂੰ ਟਾਈਮ ਸਿਰ ਆਪਣਾ ਫਾਈਨੈਂਸ਼ੀਅਲ ਕੀ ਪ੍ਰੋਬਲਮ ਕੀ ਹੈ, ਫਾਈਨੈਂਸ਼ੀਅਲ ਡਾਕੂਮੈਂਟਸ ਜਾਂ ਤਾਂ ਰੇਡੀ ਨਹੀਂ ਹੋਣਗੇ, ਫਰੋਡਲੈਂਟ ਡਾਕੂਮੈਂਟਸ ਆਣਗੇ, ਪੜ ਠੀਕ ਨਹੀਂ ਰਹੇ ਆ, ਇਹ ਬਹੁਤ ਸਾਰੇ ਰੀਜ਼ਨ ਹੈ ਜਿਹਦੀ ਵਜ੍ਹਾ ਨਾਲ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਸ ਟਾਈਮ ਖੁੱਲੀਆਂ ਨਹੀਂ ਤੇ ਕੋਈ ਬੰਦ ਹੁੰਦੀ ਹੈ, ਕਿਉਂਕਿ ਵੀਜ਼ਾ ਤੇ ਸਾਰਿਆਂ ਨੇ ਦੇਣਾ, ਕਿਉਂਕਿ ਯੂਨੀਵਰਸਿਟੀਆਂ ਤੋਂ ਜਿਹੜੀ ਫੋਰਨ ਕੰਟਰੀਆਂ ਨੂੰ ਇਨਕਮ ਹੈ ਨਾ, ਬਹੁਤ ਬੜੀ ਇਨਕਮ ਹੈ, ਕਾਫੀ ਸਾਰੀ ਕੰਟਰੀਆਂ ਦੀ ਉਹ ਸੈਕਿੰਡ ਜਾਂ ਥਰਡ ਨੰਬਰ ਤੇ ਇਨਕਮ ਹੁੰਦੀ ਹੈ, ਤੇ ਇਹ ਇਹਨਾਂ ਦਾ ਇਨਕਮ ਦਾ ਬਹੁਤ ਬੜਾ ਆਧਾਰ ਹੈ। ਔਰ ਕੋਈ ਵੀ ਜਿਹੜੀ ਕੰਟਰੀ ਹੈ ਆਪਣੇ ਇਨਕਮ ਦੇ ਸਰੋਤ ਨੂੰ ਬੰਦ ਨਹੀਂ ਕਰ ਸਕਦੀ, ਪਰ ਉਸ ਇਨਕਮ ਤੋਂ ਜੇ ਉਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ ਇੰਟਰਨਲ, ਫਿਰ ਇਹਨਾਂ ਨੂੰ ਬੰਦ ਕਰਨਾ ਪੈਂਦਾ। ਇਸ ਹੁਣ ਤੁਸੀਂ ਇਹ ਦੇਖੋ, ਅੱਜ ਹੀ ਅਸੀਂ ਕਿਸੇ ਨਾਲ ਗੱਲ ਕਰ ਰਹੇ ਸੀਗੇ, ਜੇ ਪੰਜਾਬ ਦਾ ਬੱਚਾ ਤੇ ਉਹਦਾ ਪ੍ਰੋਫਾਈਲ ਡਿਫਰੈਂਟ ਚੈੱਕ ਕੀਤਾ ਜਾਏਗਾ, ਔਰ ਉਹੀ ਬੱਚਾ ਕੋਈ ਆਸਾਮ ਦਾ ਜਾਂ ਕੋਈ ਕਲਕੱਤਾ ਦਾ ਆ ਗਿਆ ਤੇ ਉਹਦੇ ਵਾਸਤੇ ਉਹ ਬਹੁਤ ਈਜ਼ੀ ਹੋਏਗਾ। ਹੁਣ ਯੂਕੇ ਦੇ ਵਿੱਚ ਸਟੇਟ ਬੋਰਡ ਜਿਹੜੇ ਆ, ਪੰਜਾਬ ਦਾ ਹਰਿਆਣੇ ਦਾ ਨਹੀਂ ਚੱਲੇਗਾ, ਲੇਕਿਨ ਤੁਸੀਂ ਤਮਿਲਨਾਡੂ ਦਾ ਕਹੋ, ਬੰਗਾਲ ਦਾ ਕਹੋ, ਉਹ ਚੱਲ ਜਾਏਗਾ, ਉਹ ਚੱਲ ਜਾਏਗਾ, ਠੀਕ ਹੈ ਨਾ। ਜਗ੍ਹਾ ਨੂੰ ਲੈ ਕੇ ਕਿਉਂਕਿ ਖਰਾਬੀਆਂ ਵੀ ਅਸੀਂ ਪਹਿਲਾਂ ਕੀਤੀਆਂ ਹੋਈਆਂ ਨੇ ਨਾ ਇਸ ਚੀਜ਼ ਤੋਂ, ਅਸੀਂ ਕਿਉਂਕਿ ਸਾਡਾ ਬੱਚਾ ਗਿਆ ਉਹ ਪੜਿਆ ਨੀ, ਭੱਜ ਗਏ ਤੇ ਉਹਨਾਂ ਨੇ ਪ੍ਰੋਫਾਈਲ ਨੀ ਮੇਨਟੇਨ ਕੀਤੇ। ਉਹ ਸਟੇਟ ਦੇ ਬੱਚੇ ਆ ਪੜਨ ਜਾਂਦੇ ਆ, ਪ੍ਰੋਫਾਈਲ ਮੇਨਟੇਨ ਕਰਦੇ। ਸਭ ਤੋਂ ਵੱਡੀ ਗੱਲ ਮੈਂ ਹਮੇਸ਼ਾ ਸਟੂਡੈਂਟ ਨੂੰ ਰਿਕੁਐਸਟ ਕਰੂੰਗੀ, ਤੁਸੀਂ ਚਾਹੇ ਛੋਟੀ ਕੰਟਰੀ ਚਲੇ ਜਾਓ, ਚਾਹੇ ਬੜੀ, ਜਿੰਨੀ ਤੁਹਾਡੀ ਪੋਕਿਟ ਅਲੋ ਕਰਦੀ ਹੈ, ਜੋ ਤੁਸੀਂ ਪੜ ਸਕਦੇ ਹੋ ਉਹੀ ਕਰੋ। ਭੱਜੋਗੇ, ਇਲੀਗਲ ਹੋਵੋਗੇ, ਕੰਟਰੀ ਦਾ ਨਾਮ ਬਦਨਾਮ ਕਰੋਗੇ, ਸਟੇਟ ਦਾ ਨਾਮ ਬਦਨਾਮ ਕਰੋਗੇ, ਪਰ ਤੁਹਾਨੂੰ ਵੀ ਕੁਛ ਮਿਲ ਨਹੀਂ ਰਿਹਾ। ਹਾਂ, ਉਹਦੇ ਨਤੀਜੇ ਨਾ ਤੇ ਤੁਹਾਨੂੰ ਚੰਗੇ ਮਿਲਣੇ ਨੇ, ਤੇ ਤੁਸੀਂ ਦੂਜੇ ਜਿਹੜੇ ਆਉਣ ਵਾਲੇ ਹੋਰ ਸਟੂਡੈਂਟ ਦੂਜੇ ਮੈਥਡ ਕਈ ਵਾਰੀ ਸਟੂਡੈਂਟ ਦੇਖਣਾ ਸ਼ੁਰੂ ਕਰ ਦਿੰਦਾ। ਉਹ ਦਰਸ਼ਕ ਦਾ ਸਵਾਲ ਲੈ ਲਈ, ਫਿਰ ਚਰਚਾ ਨੂੰ ਜਾਰੀ ਰੱਖਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਜੀ ਕੀ ਨਾਮ ਹੈ? ਮੇਰਾ ਨਾਮ ਜੋਤੀ ਹੈ ਜੀ। ਕਿੱਥੋਂ ਬੋਲ ਰਹੇ ਹੋ ਜੋਤੀ? ਮੈਂ ਅੰਮ੍ਰਿਤਸਰ ਤੋਂ ਗੱਲ ਕਰ ਰਹੀ ਹਾਂ ਜੀ। ਕੀ ਸਵਾਲ ਹੈ ਮੈਡਮ? ਮੈਮ ਸਵਾਲ ਹੈ, ਯੂਕੇ ਸਟੱਡੀ ਵੀਜ਼ਾ ਦੇ ਬੇਸ ਤੇ ਆ, ਠੀਕ ਹੈ, ਸਟੱਡੀ ਮੈਮ ਕਿਹੜੇ ਇਨਟੇਕ ਤੇ ਮੈਮ ਬੈਸਟ ਰਹੇਗਾ? ਕਿਹੜਾ ਇਨਟੇਕ? ਓਕੇ, ਮੈਮ ਆਫਟਰ ਸਟੱਡੀ ਕੀ ਆਪਸ਼ਨਸ ਹੈਗੇ ਮੈਮ? ਕੀ ਕੁਆਲੀਫਿਕੇਸ਼ਨ ਹੈ, ਕੀ ਆਈਐਲਟੀਐਸ ਸਕੋਰ ਹੈ? ਹਾਂ, IELTS ਦਾ ਸਕੋਰ ਕੀ ਹੈ, ਸਟੱਡੀ ਕੀ ਕੀਤੀ ਹੈ ਤੁਸੀਂ ਜੋਤੀ? ਮੈਮ 5.5 ਈਚ ਹੈ। ਓਕੇ, ਹਾਂਜੀ ਮੈਮ, ਮੈਂ ਪਲੱਸ 2 ਕੀਤੀ ਹੈ 2021 ਮੈਮ। ਓਕੇ, 1 ਸਾਲ ਹੋ ਗਿਆ। ਸਬਜੈਕਟ ਕੀ ਪੜ੍ਹੇ ਨੇ ਜੋਤੀ? ਮੈਮ ਹਿਊਮੈਨਿਟੀਜ਼। ਓਕੇ, ਆਰਟਸ ਹੈ ਜੀ। ਓਕੇ, ਥੈਂਕ ਯੂ ਜੋਤੀ, ਤੁਸੀਂ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਹੋ ਜੀ, ਤੇ ਆਪਸ਼ਨ ਵੀ ਆਪਣੇ ਲਈ ਤੁਸੀਂ। ਅੱਛਾ, ਨੰਬਰ ਕਿੰਨੇ ਨੇ, ਕਿੰਨੇ ਪਰਸੈਂਟ ਨੰਬਰ ਨੇ? ਪ੍ਰੋਫਾਈਲ ਦੇਖੋ, ਜੇ ਪਰਸੈਂਟੇਜ ਦੇਖਿਆ ਜਾਏ ਓਵਰਆਲ ਬਹੁਤ ਅੱਛਾ, ਔਰ 5.5 ਜਿਹੜਾ ਹੈ ਚਾਰਾਂ ਮੋਡਿਊਲ ਚ ਹੈ, ਇਸ ਕਰਕੇ ਯੂਕੇ ਵਾਸਤੇ ਇਲੀਜੀਬਲ ਹੈ, ਕਿਉਂਕਿ ਯੂਕੇ ਦਾ ਜਿਹੜਾ ਮੇਨ ਰਿਕੁਆਇਰਮੈਂਟ ਹੈ ਜੇ ਜਨਰਲ ਆਇਲਸ ਕੀਤੀ, ਮੀਨਸ ਜਿਹੜੀ ਨਾਰਮਲ ਆਇਲਸ ਹੈ
ਉਹਦੇ ਵਿੱਚ 5.5 ਈਚ ਚਾਹੀਦੇ, ਉਹ ਮਾਸਟਰਸ ਹੋਏ ਜਾਂ 12th ਕਲਾਸ ਹੋਏ ਬੱਚਾ। ਓਕੇ ਠੀਕ ਹੈ। ਲੇਕਿਨ ਜੇ ਇਹਨਾਂ ਨੇ 5 ਬੈਂਡ 4.5 ਬੈਂਡ ਦੇ ਵੀ ਬੱਚੇ ਜਾਂਦੇ ਆ, ਲੇਕਿਨ ਉਹ UKVI IELTS ਕਰਨੀ ਪੈਂਦੀ ਹੈ। ਠੀਕ ਹੈ ਠੀਕ ਹੈ ਨਾ। ਤੇ ਦੋਨਾਂ ਦਾ ਇਹ ਇਲੀਜੀਬਲ ਹੈ, ਬਿਲਕੁਲ 100% ਇਲੀਜੀਬਲ ਹੈ, ਹਿਊਮੈਨਿਟੀ ਦੀ ਹੈ। ਤੇ ਇਹ ਚਾਹੇ ਬਿਜ਼ਨਸ ਮੈਨੇਜਮੈਂਟ ਚ ਜਾਣ, ਚਾਹੇ ਇਵੈਂਟ ਟੂਰਿਜ਼ਮ ਹੋਸਪਿਟੈਲਿਟੀ ਮੈਨੇਜਮੈਂਟ ਇੱਦਾਂ ਦਾ ਕੋਈ ਵੀ ਕੋਰਸ ਲੈ ਸਕਦੇ। ਯੂਕੇ ਕਿੱਦਾਂ ਦਾ ਕੰਟਰੀ ਹੈ ਕਿ ਜਿਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਕੋਰਸ ਰਿਲੇਸ਼ਨ ਹੋਣਾ ਚਾਹੀਦਾ, ਜਿਹੜਾ ਆਸਟ੍ਰੇਲੀਆ ਜਾਂ ਕੈਨੇਡਾ ਸਟੂਡੈਂਟਸ ਨੂੰ ਤੰਗ ਕਰਦਾ। ਇਸ ਕਰਕੇ ਯੂਕੇ ਬੱਚਾ ਜ਼ਿਆਦਾ ਜਾ ਰਿਹਾ ਇਸ ਟਾਈਮ, ਕਿਉਂਕਿ ਇੱਕ ਤੇ IELTS 5.5 ਈਚ ਤੇ ਐਕਸੈਪਟ ਹੋ ਰਿਹਾ, ਜਿਹੜਾ ਕਿ ਕੈਨੇਡਾ ਆਸਟ੍ਰੇਲੀਆ ਕੋਈ ਵੀ ਕੰਟਰੀ ਨਹੀਂ ਲੈ ਰਹੀ, ਯੂਕੇ ਲੈ ਰਿਹਾ। ਓਕੇ, ਤਾਂ ਯੂਕੇ ਅਪਲਾਈ ਹੋ ਸਕਦਾ। ਜਿਹੜਾ ਗੈਪ ਵੀ 2-3 ਸਾਲ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ। ਓਕੇ, ਇਵਨ 4 ਸਾਲ ਦਾ ਵੀ ਜਸਟੀਫਾਈ ਹੋਣਾ ਚਾਹੀਦਾ। ਠੀਕ ਹੈ ਜੀ, ਕਾਲਰ ਦਾ ਸਵਾਲ ਨੈਕਸਟ ਦਾ ਲੈਣੇ ਜੀ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ? ਹਾਂਜੀ, ਜਤੇਂਦਰ ਕਿੱਥੋਂ ਬੋਲ ਰਹੇ? ਜਤੇਂਦਰ ਜੀ ਜੀ, ਕੀ ਸਵਾਲ ਹੈ? ਠੀਕ ਹੈ। ਓਕੇ ਜੀ, ਠੀਕ ਹੈ, ਸਵਾਲ ਕੀ ਹੈ? ਠੀਕ ਹੈ, ਸਵਾਲ ਕੀ ਹੈ ਤੁਹਾਡਾ? ਕੈਨੇਡਾ ਪੋਸੀਬਲ? ਓਕੇ ਓਕੇ ਜਿਤੇਂਦਰ ਜੀ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਤੁਸੀਂ। ਥੈਂਕ ਯੂ ਨਾਲ ਜੁੜਨ। ਇਹਨਾਂ ਦਾ ਖਾਲੀ ਮੇਰੇ ਖਿਆਲ ਇੱਕੋ ਹੀ ਡਰਾਬੈਕ ਜਿਹੜਾ ਇਹ ਦੱਸ ਰਿਹਾ ਕਿ ਇੱਕ ਚ 5.5 ਬੈਂਡ ਹੈ। ਓਵਰਆਲ ਇਹਨਾਂ ਦਾ ਸਕੋਰ ਵੀ ਠੀਕ ਹੈ, ਮੇਰੇ ਖਿਆਲ ਗੈਪ ਵੀ ਨਹੀਂ ਦੱਸਿਆ ਇਹਨਾਂ ਨੇ। ਹਾਂ, 2022 ਪਾਸ ਆਊਟ ਨੇ, ਗੈਪ ਵੀ ਨਹੀਂ ਹੈ, ਰੀਸੈਂਟਲੀ ਪਾਸ ਆਊਟ 70%। ਮੈਂ ਜਿਹੜਾ ਇਹਨਾਂ ਨੂੰ ਮਤਲਬ ਐਡਵਾਈਸ ਕਰੂੰਗੀ ਕਿ ਜੇ IELTS ਰਿਪੀਟ ਕਰ ਲੈਣ ਤੇ ਬਹੁਤ ਵਧੀਆ, ਕਿਉਂਕਿ ਇੱਕ ਚ 5.5 ਕੁਝ ਕਾਲਜਿਸ ਐਕਸੈਪਟ ਕਰਦੇ, STS ਗਵਰਨਮੈਂਟ ਕਾਲਜਿਸ, ਬਟ ਪਿੱਛੇ ਵੀਜ਼ਾ ਸਕਸੈਸ ਰੇਟ ਇੱਕ ਚ 5.5 ਤੱਕ ਮਤਲਬ ਬਹੁਤ ਘੱਟ ਆਇਆ। ਤੇ ਜੇ ਰਿਪੀਟ ਕਰ ਲੈਣ ਤਾਂ ਬਹੁਤ ਵਧੀਆ, ਅਦਰਵਾਈਜ਼ ਜੇ ਇਹਨਾਂ ਦਾ ਸਾਰਾ ਪ੍ਰੋਫਾਈਲ ਠੀਕ ਹੈ, ਕਿਉਂਕਿ ਫਰੈਸ਼ ਪਾਸ ਆਊਟ ਹੈ, ਤੇ ਉਹਦੇ ਵਿੱਚ ਸਾਨੂੰ ਟੈਕਨੀਕਲੀ ਕੀ ਦੇਖਣਾ ਪੈਂਦਾ, ਮੇਨ ਸਬਜੈਕਟ ਚ ਮਾਰਕਸ ਕਿੰਨੇ ਆ। ਠੀਕ ਹੈ ਨਾ, ਸਬਜੈਕਟ ਅੱਛੇ ਹੈ ਕਿ ਨਹੀਂ ਹੈ, ਤੇ ਉਹਦੇ ਵਿੱਚ ਇਹ ਆਸਟ੍ਰੇਲੀਆ ਅਪਲਾਈ ਕਰ ਸਕਦੇ, ਕਿਉਂਕਿ ਇੱਕ ਚ 5.5 ਜਾਂ 2 ਚ 5.5 ਆਸਟ੍ਰੇਲੀਆ ਲੈ ਲੈਂਦਾ। ਓਵਰਆਲ ਸਾਨੂੰ 6 ਚਾਹੀਦੇ ਆ। ਠੀਕ ਹੈ, ਉਹਦੇ ਵਿੱਚ ਮੇਰੇ ਖਿਆਲ, ਮੈਂ ਤੁਹਾਨੂੰ ਪ੍ਰੋਗਰਾਮ ਦੱਸਿਆ ਸੀ ਪਿਛਲੀ ਵਾਰੇ ਵੀ ਕਿ ਹੋਸਪਿਟੈਲਿਟੀ ਮੈਨੇਜਮੈਂਟ ਦਾ ਇੱਕ ਬਹੁਤ ਅੱਛਾ ਪ੍ਰੋਗਰਾਮ ਹੈ, ਜਿਹਦੇ ਵਿੱਚ ਬੱਚਾ $28,000 ਲਗਾ ਰਹੇ, ਬਟ 24,000 ਉਹਨੂੰ ਹਰ ਵਾਪਸ ਮਿਲ ਰਿਹਾ। ਦੈਟਸ ਅ ਬਿਊਟੀਫੁਲ ਪ੍ਰੋਗਰਾਮ। ਔਰ ਉਹ ਸਾਰੇ ਬੱਚੇ ਜਿਹੜੇ ਵੀ ਦੇਖ ਰਹੇ ਹੈ, ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਪ੍ਰੋਗਰਾਮ ਹੈ, ਜਿਹਦੇ ਵਿੱਚ ਜਿਹੜਾ ਇੱਕ ਤੇ ਅਰਨ ਵਾਇਲ ਲਰਨ, ਜਦ ਤੁਸੀਂ ਪੜ੍ਹ ਰਹੇ ਹੋ ਉਸ ਟਾਈਮ ਤੁਸੀਂ ਅਰਨਿੰਗ ਕਰ ਰਹੇ ਹੋ, ਔਰ ਤੁਹਾਨੂੰ ਅੱਗੇ ਪੋਸਟ ਸਟੱਡੀ ਵਰਕ ਪਰਮਿਟ ਵੀ ਲੰਬਾ ਮਿਲ ਰਿਹਾ, ਤੇ ਬਹੁਤ ਅੱਛੀ ਤੁਹਾਡੀ ਆਪਸ਼ਨ ਉੱਭਰ ਕੇ ਆ ਰਹੀਆਂ ਨੇ। ਬਿਲਕੁਲ, ਨੰਬਰ ਸਾਂਝੇ ਕਰ ਰਹੇ ਹਾਂ, ਤੁਸੀਂ ਸਾਨੂੰ ਲਾਈਵ ਦੇਖ ਸਕਦੇ ਹੋ ਕਿੰਜਾਵਾ ਪ੍ਰਦੇਸ਼ ਦੇ ਫੇਸਬੁੱਕ ਪੇਜ ਤੇ, ਇਸ ਤੋਂ ਇਲਾਵਾ ਨੈਵੀਗੇਟਰ ਓਵਰਸੀਜ਼ ਦੇ ਫੇਸਬੁੱਕ ਪੇਜ ਤੇ ਵੀ। ਔਰ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ, ਸਾਨੂੰ ਕਾਲ ਵੀ ਕਰ ਸਕਦੇ ਹੋ। ਜਿਨ੍ਹਾਂ ਦਾ ਕਾਲ ਨਹੀਂ ਲੱਗ ਪਾ ਰਿਹਾ, ਉਹ ਫੋਟੋ ਕਲਿੱਕ ਕਰਕੇ ਰੱਖ ਸਕਦੇ ਨੇ, ਸਾਡੇ ਸ਼ੋਅ ਤੋਂ ਬਾਅਦ ਵੀ ਤੁਸੀਂ ਫੋਨ ਕਰਕੇ ਆਪਣੇ ਸਵਾਲਾਂ ਦੇ ਜਵਾਬ ਪਾ ਸਕਦੇ ਹੋ। ਮੈਡਮ, ਇਸ ਤੋਂ ਪਹਿਲਾਂ ਵਾਲੀ ਕੁਐਰੀ ਜਿਵੇਂ UK ਦੀ ਸੀ, UK ਜਾਂ ਆਸਟ੍ਰੇਲੀਆ ਕੁਝ ਸਮਝ ਨਹੀਂ ਆ ਪਾ ਰਿਹਾ, ਬਹੁਤ ਸਾਰੇ ਐਸੇ ਕੈਂਡੀਡੇਟਸ ਨੇ ਜਿਨ੍ਹਾਂ ਨੇ GNM ਕੀਤੀ ਹੈ, GNM ਕਰਕੇ ਫਿਰ ਵਰਕ ਐਕਸਪੀਰੀਅੰਸ ਵੀ ਹੈਗਾ, ਸਪਾਊਸ ਦੇ ਨਾਲ ਜਾਣਾ ਚਾਹੁੰਦੇ ਨੇ, ਸਪਾਊਸ ਦੀ ਕੋਈ ਆਪਸ਼ਨ ਲੱਭ ਰਹੇ ਨੇ, ਕੀ ਆਪਸ਼ਨ ਸੁਜੈਸਟ ਕਰੋਗੇ ਤੁਸੀਂ? GNM ਦੇ ਵਾਸਤੇ ਸਪਾਊਸ ਹੈ, ਔਰ ਜੇ ਬੱਚੇ ਦੇ IELTS ਤਾਂ ਠੀਕ ਹੈ, ਮੇਰੇ ਕੋਲ ਆਸਟ੍ਰੇਲੀਆ ਦੇ ਵਿੱਚ ਕੋਰਸ ਹੈ, ਅਸੀਂ ਸਿੱਧਾ ਉਹਨਾਂ ਨੂੰ ਜੇ ਵਰਕ ਐਕਸਪੀਰੀਅੰਸ ਹੈ ਤੇ ਅਸੀਂ ਉਹਨਾਂ ਨੂੰ PG ਡਿਪਲੋਮਾ ਦੇ ਰਹੇ ਹਾਂ, ਫਾਲੋਡ ਬਾਈ ਮਾਸਟਰਸ। ਓਕੇ ਠੀਕ ਹੈ, ਕਿਉਂਕਿ ਅੰਡਰ ਗ੍ਰੈਡ ਚ ਸਪਾਊਸ ਅਲਾਊਡ ਨਹੀਂ ਹੈ ਆਸਟ੍ਰੇਲੀਆ ਵਿੱਚ, ਲੇਕਿਨ ਜੇ ਮਾਸਟਰ ਕੋਰਸ ਚ ਜਾ ਰਿਹਾ ਤਾਂ ਸਪਾਊਸ ਅਲਾਊਡ ਹੈ। ਇਹਦੇ ਵਿੱਚ ਵੀਜ਼ਾ ਸਕਸੈਸ ਰੇਟ ਇਸ ਟਾਈਮ ਆਲਮੋਸਟ 100% ਚੱਲ ਰਿਹਾ। ਓਕੇ, ਤੇ ਉਹਦੇ ਵਿੱਚ ਸਟੂਡੈਂਟਸ ਅਪਲਾਈ, ਕਿਉਂਕਿ ਹੈਲਥ ਕੋਰਸਿਸ ਦੀ ਇਸ ਟਾਈਮ ਕੋਵਿਡ ਦੇ ਬਾਅਦ ਤੋਂ ਡਿਮਾਂਡ ਬਹੁਤ ਵੱਧ ਗਈ ਹੈ, ਔਰ ਹਰ ਕੰਟਰੀ ਦੇ ਵਿੱਚ ਜਿਹੜੀ ਇਸ ਟਾਈਮ ਸਟਾਫ ਸ਼ਾਰਟੇਜ ਚੱਲ ਰਹੀ ਹੈ। ਠੀਕ ਹੈ, ਦੂਜਾ ਇਹ ਕਿ ਤੁਹਾਨੂੰ ਪਾਥਵੇ ਬਹੁਤ ਅੱਛਾ ਮਿਲ ਸਕਦਾ, ਸਪਾਊਸ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਠੀਕ ਹੈ, ਅਗਲੇ ਦਰਸ਼ਕ ਨਾਲ ਨੇ ਜੀ, ਸਵਾਗਤ ਹੈ ਜੀ, ਕੀ ਨਾਮ ਹੈ ਤੁਹਾਡਾ? ਅਸ਼ੋਕ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਸਰਹੰਦ ਤੋਂ ਜੀ, ਕੀ ਸਵਾਲ ਹੈ ਸਰ? ਜੀ ਮੈਂ
76% ओके ठीक है। आज कीती है ओके ठीक है। की सवाल है थोड़ा अशोक? ऑस्ट्रेलिया केड़ा इनटेक मिल सकता है? सब्जेक्ट केड़े च पढ़ाई कीती है तुसी? आर्ट्स दे विच ठीक है जी। थैंक यू नाल जुड़न लई। आंसर टीवी ते सुन सकदे हो तुसी मैडम। 76% नंबर 1 मॉड्यूल 5.5 ओवरऑल सेक्स ऑस्ट्रेलिया इनटेक पूछ रहे हैं। नवंबर इनटेक ते ऑलमोस्ट फुल हो चुका है साडा और जैन इनटेक और ओदे बाद साडे कोल जुलाई इनटेक। ऑस्ट्रेलिया दा सितंबर नहीं हुंदा, ऑस्ट्रेलिया दा जुलाई ठीक है। पहले आएगा तुहाडा जैन, किसे दा जैन लास्ट होएगा, किसे दा फेब स्टार्टिंग होएगा। ओके ठीक है। और ओदे बाद साडे कोल मेजर इनटेक आएगा जेड़ा जुलाई। ओके ठीक है। ये बहुत अच्छा जेड़ा ऑस्ट्रेलिया दा ते पता ही है कि लंबा वीजा हुंदा है, अर्निंग कैपेसिटी बहुत अच्छी है स्टूडेंट्स दी, ते मतलब ए है कि लेकिन ओ जेड़ा बहुत चोन करके प्रोफाइल लंदे है, ए नहीं कि हर कोई प्रोफाइल चक ले, या गैप ज्यादा नहीं होना चाहिए, गैप जस्टिफिकेशन होनी चाहिए है, जो स्पाउस नो वीजा दे रहे ते स्पाउस ग्रेजुएट होना चाहिए है, ओदी इनकम होनी चाहिए, मतलब बहुत सारे फैक्टर्स है, जो वो क्लियर बच्चा मापदंड पूरे करता है तो वीजा मिलता है। मैडम आम तौर ते ऑस्ट्रेलिया नु लेके ए क्यास लाए जांदे है भी ऑस्ट्रेलिया सिर्फ एक बारी ही मौका दंदा है, वीजा लग गया तो डन है, नहीं लग्या दोबारा जिंदगी पर ऑस्ट्रेलिया बारे ना ही सोचो तो चंगी गल है। एक बार रिजेक्शन हो जाए अम्बेसी नु कोई प्रॉब्लम नहीं दोबारा फाइल लगान च, पर जेड़ा यूनिवर्सिटी है वो एक बार स्टूडेंट दा जे रिजेक्शन हो गया ऑफर लेटर नहीं दंदे। ओके मेन ए रीजन हुंदा क्योंकि उन्हां दे हिसाब नाल यूनिवर्सिटियां दे हिसाब नाल एक बच्चे दे भी रिजेक्शन जेड़ी है ना यूनिवर्सिटी दी रिजेक्शन काउंट हुंदी है। ओके एक पर्टिकुलर नंबर ऑफ रिजेक्शन दे बाद जेड़ा है यूनिवर्सिटी असेसमेंट लेवल चेंज हो जांदा है। तुसी सुनदे होगे ना लेवल 1 लेवल 2 लेवल 3, मतलब जिन्हां दा रिजेक्शन घट है वो लेवल 1 च है, थोड़ी ज्यादा हो गई लेवल 2 च आ गई, उस तो ज्यादा हो गई लेवल 3 च आ गई। इस करके यूनिवर्सिटी अपना लेवल मेंटेन करना चाहती, वो नहीं चाहते उन्होंने हिसाब न जब वीजा ऑफिसर ने एक बार सैटिस्फाई नहीं हो तो दोबारा भी वो नहीं देंगे, इस करके यूनिवर्सिटी उन्होंने ऑफर लेटर नहीं देंगे, रिस्क नहीं लेना चाहते। हो सकता उस बच्चे का वीजा आ जाए, कई बार अम्बेसी तो भी कई बार गलतियां हुई है, थोड़े अच्छे अच्छे प्रोफाइल रिजेक्ट कर देंगे जेड़ा बिना किसी रीजन के, और जब उन्होंने वास्ते आर्गू करो अगले दर्शक नाल है जी। स्वागत है जी, की नाम है थोड़ा? की नाम है जी? जी कौन बोल रहे हो? सोहराब जी, कितो बोल रहे हो सोहराब? ओके ओके स्टडी च की कीता है सोहराब? सोहराब स्टडी च की कम्पलीट कीता है तुसी? मैं बीएससी एनिमेशन करी सी। हुण कुछ कर रहे हो फिलहाल? हां जी मैं जॉब कर रही कंटिन्यू। अच्छा जॉब कर रहे हो ठीक है। कट बजट कोई ऑप्शन देख रहे हो है ना? हां जी मेरा बजट थोड़ा है जी, ते मतलब इदे विच हो सकदा है। ठीक है थानू वीना मैम जरूर आंसर करनगे। मैडम सोहराब साडे नाल जुड़े ने, की आंसर करोगे इन्हां नू? देखो जे बहुत अच्छे एक्सीलेंट प्रोफाइल 80-90% वाली है या 90-95% वाली है, आइल्स दे बैंड बहुत अच्छे है, गैप कोई नहीं है, एहो जे स्टूडेंट्स नू ऑस्ट्रेलिया च 70-80% तक स्कॉलरशिप 50% दे मिनिमम मिलदा ही मिलदा। ओके ठीक है, इन्हां दे बजट च आ सकदा। ओके सेकंड जब बहुत छोटा बजट है देन इटली विच टोटल फ्री ऑफ कॉस्ट एजुकेशन है, जर्मनी च फ्री ऑफ कॉस्ट है, पेशेंस रखनी पैंदी है, डॉक्यूमेंटेशन हुंदी है। मैं इटली ज्यादा प्रेफर करती हूं क्योंकि जर्मनी च जब प्लस टू स्टूडेंट है वो इलिजिबल नहीं हुंदा, 13 ईयर ऑफ एजुकेशन चाहिए है या लैंग्वेज कोर्स से थ्रू जाते हैं। ओके मास्टर वास्ते बच्चा जा सकता है लेकिन उत्थे एक ब्लॉक अकाउंट खोलिया जाता है। ठीक है ओदे वास्ते फिर असि ग्रीस या इटली है ना, ग्रीस च भी बजट घट है, इटली विच आलमोस्ट फ्री ऑफ कॉस्ट एजुकेशन है। ठीक है स्टूडेंट, लो बजट लिए सोहराब ऑप्शन इटली थोड़े लिए ऑप्शन है। बाकी एक बार अपनी डॉक्यूमेंट्स तुसी व्हाट्सएप कर दो जेडे नंबर ते तुसी कॉल कीता सी, ऑप्शंस थोनू होर सजेस्ट कीतियां जाणगियां जी। बहुत बहुत स्वागत है जी, सत श्री अकाल। हाँ जी मैम मेरा सवाल ये कि मैं 2021 पास आउट है, ग्रेजुएशन बीकॉम विद 94%। ठीक है ओके, मेरे आईएलटीएस
ਸਕੋਰ ਹੈਗੇ ਆ ਓਵਰਆਲ 6.5 ਤੇ ਬਸ ਵੱਡੀ ਹੋਈ ਤੇ 6.5 ਕੀ ਮੇਰੀ ਪ੍ਰੋਫਾਈਲ ਐਲੀਜੀਬਲ ਹੈ ਕੈਨੇਡਾ ਜਾਂ ਆਸਟ੍ਰੇਲੀਆ ਲਈ? ਕੈਨੇਡਾ ਜਾਂ ਆਸਟ੍ਰੇਲੀਆ? ਠੀਕ ਹੈ, ਇਹਨਾਂ ਦਾ ਨਾਮ ਸਿਮਰਪ੍ਰੀਤ ਕੌਰ ਹੈ ਨਾ? ਠੀਕ ਹੈ, ਇਹਨਾਂ ਦਾ ਨਾ ਮੈਂ ਆਸਟ੍ਰੇਲੀਆ ਜ਼ਿਆਦਾ ਪ੍ਰੈਫਰ ਕਰੂੰਗੀ ਕਿਉਂਕਿ ਇੱਕ 5.5 ਹੈ ਆਸਟ੍ਰੇਲੀਆ, ਇਹਨਾਂ ਦਾ ਪ੍ਰੋਫਾਈਲ ਬਹੁਤ ਅੱਛਾ, 94% ਇਹਨਾਂ ਨੇ ਦੱਸਿਆ, 6.5 ਬੈਂਡ ਓਵਰਆਲ ਪ੍ਰੋਫਾਈਲ ਬਹੁਤ ਅੱਛਾ ਹੈ। ਕੈਨੇਡਾ ਵਿੱਚ 1% ਚਾਂਸ ਲੈਣ ਵਾਲੀ ਗੱਲ ਹੋ ਜਾਏਗੀ, ਬਟ ਆਸਟ੍ਰੇਲੀਆ ਦੇ ਵਿੱਚ ਆਲਮੋਸਟ 100% ਇਹਦਾ ਸਕਸੈਸ ਰੇਟ ਹੋ ਸਕਦਾ। ਖਾਲੀ ਪ੍ਰੋਫਾਈਲ ਔਰ ਇਹਦੇ ਉੱਪਰ ਨਹੀਂ ਹੁੰਦਾ, ਆਸਟ੍ਰੇਲੀਆ ਦੇ ਵਿੱਚ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਚੈੱਕ ਕੀਤੇ ਜਾਂਦੇ, ਇਨਕਮ ਕਿੰਨੀ ਹੈ ਪੇਰੈਂਟਸ ਦੀ ਔਰ ਫਾਈਨੈਂਸ਼ੀਅਲ ਡਿਪੋਜ਼ਿਟਸ ਕਿੰਨੇ ਆ, ਜਿਹੜਾ ਕਿ ਜਿੰਨਾ ਅਸੀਂ ਫਾਈਨੈਂਸ਼ੀਅਲੀ ਸਾਊਂਡ ਹੈਗੇ ਆ ਉਨਾ ਜ਼ਿਆਦਾ ਸਕਸੈਸ ਰੇਟ ਵੱਧ ਹੋਣ ਦੇ ਚਾਂਸਸ ਨੇ ਆਸਟ੍ਰੇਲੀਆ ਦੇ ਵਿੱਚ। ਦੇਖੋ ਜਿੰਨਾ ਫਾਈਨੈਂਸ਼ੀਅਲੀ ਸਟਰੋਂਗ ਆ ਉਹ ਅਲੱਗ ਗੱਲ ਹੈ, 1 ਈਅਰ ਦੇ ਮਿਨੀਮਮ ਤੁਹਾਨੂੰ ਲਿਵਿੰਗ ਔਰ 1 ਈਅਰ ਦੀ ਫੀਸ ਦਿਖਾਣੀ ਪੈਂਦੀ ਹੈ। ਰਾਈਟ, ਕਈ ਬੱਚੇ 1 ਈਅਰ ਦੀ ਟੋਟਲ ਫੀਸ ਪੇ ਕਰ ਦਿੰਦੇ ਆ ਤੇ ਲਿਵਿੰਗ ਐਕਸਪੈਂਸਿਸ ਜਿਹੜਾ 13-14 ਲੱਖ ਰੁਪਿਆ ਏਅਰਫੇਅਰ ਮਿਲਾ ਕੇ ਇਹਨਾਂ ਨੂੰ ਸ਼ੋਅ ਕਰਨਾ ਪੈਂਦਾ, ਲੇਕਿਨ ਉਹਦੇ ਨਾਲ ਕੀ ਇਨਕਮ ਡਾਕੂਮੈਂਟ ਜੇ ਸਟਰੋਂਗ ਆ, ਉਹਨਾਂ ਦੀ ਸਪੋਜ ਫਾਦਰ ਦੀ ਇਨਕਮ 10 ਲੱਖ ਹੈ, ਮਦਰ ਦੀ 7-8 ਲੱਖ ਹੈ, 17-18 ਲੱਖ ਹੋਵੇ, ਕੋਈ ਏਦਾਂ ਦਾ ਪ੍ਰੋਫਾਈਲ ਹੋਵੇ ਜਿਹਨਾਂ ਦੀ 25-30 ਲੱਖ ਦੀ ਇਨਕਮ ਹੈ, ਫਿਰ ਤੇ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਨਹੀਂ ਚੈੱਕ ਕਰਦੇ। ਓਕੇ, ਉਹਨਾਂ ਦਾ ਮਤਲਬ ਹੈ ਕਿ ਈਅਰਲੀ ਇਨਕਮ ਇੰਨੀ ਸਟਰੋਂਗ ਹੈ, ਜਦ ਈਅਰਲੀ ਇਨਕਮ ਆ ਰਹੀ ਹੈ ਤੇ ਬੱਚੇ ਦੀ ਕੋਈ ਪ੍ਰੋਬਲਮ ਪਤਾ ਕਿ ਬੱਚਾ ਸਟੇਬਲ ਹੈ, ਬਿਲਕੁਲ, ਕਿਉਂਕਿ ਈਅਰਲੀ ਇਨਕਮ ਹੈ ਤੁਹਾਡੇ ਕੋਲ। ਬਿਲਕੁਲ, ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਮੈਡਮ, ਨਰਸਿੰਗ ਵਾਲਿਆਂ ਨੂੰ ਤੁਸੀਂ ਕਿਹੜੀ ਕੰਟਰੀ ਰਿਕਮੈਂਡ? ਮੈਂ ਹੁਣੇ ਦੱਸਿਆ ਤੁਹਾਨੂੰ GNM ਨਰਸਿੰਗ ਦਾ ਜਿਹੜਾ ਤੁਸੀਂ ਪੁੱਛਿਆ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਮੈਂ ਉਹਨਾਂ ਨੂੰ ਪੀਜੀ ਡਿਪਲੋਮਾ ਵਿਦ ਸਪਾਊਸ ਜਾ ਸਕਦੇ ਆ, ਈਵਨ ਬੱਚੇ ਦੇ ਨਾਲ ਜਾ ਸਕਦੇ, ਬਹੁਤ ਅੱਛੇ ਪ੍ਰੋਗਰਾਮ ਹੈ ਹੈਲਥ ਰਿਲੇਟਿਡ। ਠੀਕ ਹੈ, ਬਾਕੀ ਪਰਟੀਕੁਲਰ ਨਰਸਿੰਗ ਹੀ ਜੇ ਕਰਨਾ ਹੈ ਤੁਸੀਂ, ਔਰ ਕਿਉਂਕਿ ਆਸਟ੍ਰੇਲੀਆ ਜੇ ਤੁਸੀਂ ਮਾਸਟਰਸ ਜਾਂ BSc ਨਰਸਿੰਗ ਰਜਿਸਟ੍ਰੇਸ਼ਨ ਦੇ ਚੱਕਰ ਚ 7 ਬੈਂਡ ਈਚ ਮੰਗਦੇ ਆ। ਓਕੇ, ਪਰ ਜਿਹੜੇ ਮੈਂ ਇੰਸਟੀਚਿਊਟ ਚ ਦੱਸ ਰਹੀ ਹਾਂ ਨਾ, ਉੱਥੇ ਜਿਹੜਾ ਤੁਸੀਂ ਈਵਨ 7 ਬੈਂਡ ਓਵਰਆਲ ਜਾਂ 6.5 ਚ ਵੀ ਜਾ ਸਕਦੇ। ਠੀਕ ਹੈ ਮੈਡਮ, 2020 ਪਾਸ ਆਊਟ ਬੱਚੇ ਬਹੁਤ ਇੰਡਸਟਰੀ ਚ ਹਲੇ ਵੀ ਮਾਰਕੀਟ ਚ ਬੈਠੇ ਨੇ, ਉਹ ਬੱਚੇ ਆਸਟ੍ਰੇਲੀਆ ਦੀ ਭਾਲ ਚ ਨੇ, ਪਲੱਸ ਟੂ ਵਾਲਾ ਸਟੂਡੈਂਟ ਆਸਟ੍ਰੇਲੀਆ ਦੇ ਵਾਸਤੇ ਨਹੀਂ ਜਾ ਸਕਦਾ 2020 ਵਾਲਾ, ਤੁਸੀਂ ਉਹ ਟਾਈਮ ਵੇਸਟ ਨਾ ਕਰੋ। ਬਾਈ ਚਾਂਸ ਪਿੱਛੇ ਇੱਕ ਅੱਧੀ ਨਿਊਜ਼ ਆਈ ਕਿ 2020 ਵਾਲੇ ਦਾ ਵੀਜ਼ਾ ਲੱਗ ਗਿਆ, ਬਾਈ ਚਾਂਸ ਕੋਈ ਫਲੋ ਚ ਇਹਨਾਂ ਨੇ ਸਮਝੋ 100 ਦੇ ਵਿੱਚ 80 ਵੀਜ਼ੇ ਦੇ ਤੇ, ਤੇ ਉਹਦੇ ਵਿੱਚ 5-7-2-4 ਵੀਜ਼ੇ ਹੋ ਜੇ ਕੱਢਤੇ, ਉਹ ਹੁੰਦਾ ਤੁੱਕੇ ਹੁੰਦੇ। ਇਸ ਟਾਈਮ ਤੇ 2020 ਪਾਸ ਆਊਟ ਕੋਈ ਵੀ ਪ੍ਰੋਫਾਈਲ ਨਹੀਂ। ਜੀ ਜੀ, ਸਵਾਗਤ ਹੈ ਜੀ, ਕੀ ਨਾਮ ਹੈ ਤੁਹਾਡਾ? ਹੈਲੋ, ਹਾਂਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ, ਕੀ ਨਾਮ ਹੈ ਜੀ? ਕਿੱਥੋਂ ਬੋਲ ਰਹੇ ਹੋ ਹਰਮਨ? ਕੀ ਸਵਾਲ ਹੈ ਜੀ? ਜੀ, ਪ੍ਰੋਫਾਈਲ ਕੀ ਹੈ ਹਰਮਨ ਤੁਹਾਡੇ ਬ੍ਰਦਰ ਦੀ? ਠੀਕ ਹੈ, ਆਇਲਸ ਕੀਤੀ ਹੈ? ਸਿੰਗਲ ਸਪਾਊਸ? ਸਿੰਗਲ, ਓਕੇ ਜੀ। ਕੁਆਲੀਫਿਕੇਸ਼ਨ ਕੀ ਦੱਸੀ? ਕੁਆਲੀਫਿਕੇਸ਼ਨ ਇਹਨਾਂ ਨੇ ਦੱਸੀ ਹੈ BSc ਕੀਤੀ ਹੈ 2010 ਦੇ ਵਿੱਚ ਜੀ। ਉਸ ਤੋਂ ਬਾਅਦ ਕਿੱਥੇ ਇਹ UK ਜਾਣ ਬਾਰੇ ਪੁੱਛਣਾ ਚਾਹੁੰਦੇ ਨੇ, 7 ਬੈਂਡ ਨੇ ਓਵਰਆਲ, ਨਾਟ ਲੈਸ ਦੈਨ 6.5। ਦੇਖੋ ਇਹ ਇਲੀਜੀਬਲ ਹੈ ਕਿਉਂਕਿ ਇਹਨਾਂ ਨੇ ਆਇਲਸ ਕੀਤੀ ਹੋਈ ਹੈ, ਨੋ ਡਾਊਟ 5 ਸਾਲ ਤੋਂ ਜਿਆਦਾ ਗੈਪ ਤਾਂ ਮੁਸ਼ਕਲ ਆਉਂਦਾ, ਬਟ ਸੈਲਰੀ ਅਕਾਊਂਟ ਚ ਆ ਰਹੀ ਹੈ। ਠੀਕ ਹੈ, ਔਰ ਇਹਨੇ ਕਿਉਂਕਿ ਬੰਦਾ 50 ਸਾਲ ਦੀ ਉਮਰ ਚ ਵੀ ਪੜ੍ਹ ਸਕਦਾ, ਪੜ੍ਹਨ ਦੀ ਕੋਈ ਏਜ ਲਿਮਿਟ ਨਹੀਂ ਹੁੰਦੀ ਹੈ, ਔਰ ਇਹਨਾਂ ਦੇ ਆਇਲਸ ਦੇ ਬੈਂਡ 7 ਹੈ, BSc ਕੀਤੀ ਹੋਈ ਹੈ ਔਰ ਸੈਲਰੀ ਅਕਾਊਂਟ ਚ, ਬੜਾ ਕਲੀਅਰ ਪ੍ਰੋਫਾਈਲ ਹੈ, ਕੋਈ ਪ੍ਰੋਬਲਮ ਨਹੀਂ ਹੈ, ਔਰ UK ਦੇ ਵਿੱਚ ਮਾਸਟਰਸ ਕਰ ਸਕਦੇ, MBA ਬਲਕਿ ਮੈਂ ਇਹਨਾਂ ਨੂੰ ਸੁਜੈਸਟ ਕਰੂੰਗੀ। ਠੀਕ ਹੈ, ਕਿਉਂਕਿ ਤੁਸੀਂ ਇਹ ਦੇਖੋ ਕਿ ਕੋਈ ਵੀ ਵਰਕਿੰਗ ਬੰਦਾ ਹੋਵੇ, ਐਗਜੀਕਿਊਟਿਵ MBA ਲੈਂਦਾ ਆਪਣੇ ਕੈਰੀਅਰ ਦੇ ਅੱਗੇ ਪ੍ਰੋਗਰੈਸ ਵਾਸਤੇ। ਠੀਕ ਹੈ, ਤੇ ਐਗਜੀਕਿਊਟਿਵ MBA ਦੀ ਮੈਕਸੀਮਮ ਯੂਨੀਵਰਸਿਟੀਆਂ ਕੋਈ 3 ਸਾਲ ਦਾ ਮਿਨੀਮਮ ਵਰਕ ਐਕਸਪੀਰੀਅੰਸ ਮੰਗਦੇ, ਕੋਈ 5 ਈਅਰ ਦਾ। ਠੀਕ ਹੈ, ਓਕੇ, ਸਗੋਂ ਇਹਨਾਂ ਦਾ ਕੋਲ 10 ਈਅਰਸ ਹੈ, 10 ਈਅਰਸ ਹੈ, ਇਹਨਾਂ ਨੂੰ ਪ੍ਰੈਫਰੈਂਸ ਮਿਲੇਗੀ, ਡਿਪੈਂਡ ਕਰਦਾ ਨਾ ਤੁਸੀਂ ਪ੍ਰੋਫਾਈਲ ਕੋਰਸ ਕਿਹੜਾ ਲੈ ਰਹੇ ਹੋ ਉਹਦੇ ਨਾਲ ਜਸਟੀਫਾਈ ਹੋ। ਹਰ ਚੀਜ਼ ਪ੍ਰੋਫਾਈਲ ਟੂ ਪ੍ਰੋਫਾਈਲ ਵੈਰੀ ਕਰਦੀ ਹੈ ਨਾ, ਕਿ ਜਿੰਨੇ ਮਰਜ਼ੀ ਕੋਰਸਿਸ ਨੇ, ਕੰਟਰੀ ਹੈ, ਪ੍ਰੋਫਾਈਲ। ਸੋ ਜੇ ਤੁਸੀਂ ਐਗਜ਼ੀਕਿਊਟਿਵ MBA ਚ ਕਿਸੇ ਫਰੈਸ਼ ਬੱਚੇ ਨੂੰ ਪਾਓਗੇ, ਉਹ ਕਦੇ ਸਿਲੈਕਟ ਨਹੀਂ ਹੋਏਗਾ। ਓਕੇ, ਇਹਨਾਂ ਦੇ ਤੇ ਬਲਕਿ ਜਿਆਦਾ ਚਾਂਸਸ ਹੈਗੇ। ਓਕੇ, ਬ੍ਰਾਈਟ ਚਾਂਸਸ ਨੇ ਤੁਹਾਡੇ, ਤੁਸੀਂ ਅਪਲਾਈ ਕਰ ਸਕਦੇ ਹੋ। ਬਾਕੀ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਤੁਸੀਂ ਨੈਵੀਗੇਟਰ ਓਵਰਸੀਜ਼ ਦੇ ਆਫਿਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਸੋ ਚੰਡੀਗੜ੍ਹ ਚ ਮੈਡਮ ਉਹਨਾਂ ਦਾ ਦਫ਼ਤਰ ਹੈਗਾ। ਮੈਡਮ, ਪਾਥਵੇਜ਼ ਨੂੰ ਲੈ ਕੇ ਅਸੀਂ ਪਿਛਲੇ ਕਾਫੀ ਸਾਰੇ ਸ਼ੋਅਜ਼ ਕੀਤੇ ਸੀ, ਬਹੁਤ ਅੱਛੀਆਂ ਕਾਲਜ ਆਈਆਂ,
ਬਹੁਤ ਦਰਸ਼ਕਾਂ ਨੂੰ ਪਸੰਦ ਆਏ ਪਾਥਵੇਸ ਪ੍ਰੋਗਰਾਮ ਅੱਜ ਫਿਰ ਤੋਂ ਕੁਝ ਪਾਥਵੇ ਪ੍ਰੋਗਰਾਮ ਦੇ ਉੱਤੇ ਚਰਚਾ ਕਰ ਲੈਂਦੇ ਹਾਂ ਕਿੱਦਾਂ ਦੇ ਪ੍ਰੋਗਰਾਮ ਨੇ ਕਿਹਨੂੰ ਕਿਹਨੂੰ ਬੈਨੀਫਿਟ ਮਿਲ ਸਕਦਾ ਕਿੰਨੇ ਕੁ ਪਾਕਿਟ ਫਰੈਂਡਲੀ ਪ੍ਰੋਗਰਾਮ ਨੇ ਪਾਥਵੇ ਪ੍ਰੋਗਰਾਮ ਇਹ ਹੁੰਦੇ ਮਨਦੀਪ ਕਿ ਜੇ ਬੱਚੇ ਦੀ ਪਰਸੈਂਟੇਜ ਘੱਟ ਹੈ ਤਾਂ ਉਹਨੂੰ ਟਾਪ ਅਪ ਪ੍ਰੋਗਰਾਮ ਮਿਲ ਜਾਂਦਾ ਹੈ ਜਿੱਦਾਂ ਯੂਕੇ ਵਿੱਚ ਹੈ ਆਸਟ੍ਰੇਲੀਆ ਦੇ ਵਿੱਚ ਹੈ ਕਿ ਯੂਨੀਵਰਸਿਟੀ ਚ ਡਾਇਰੈਕਟ ਕੁਆਲੀਫਾਈ ਨਹੀਂ ਕਰ ਰਹੇ ਤੇ ਇਹਨਾਂ ਨੂੰ ਪਾਥਵੇ ਪ੍ਰੋਗਰਾਮ ਮਿਲ ਜਾਂਦਾ ਰਾਈਟ ਜਾਂ ਫਿਰ ਸੈਕਿੰਡ ਇਹ ਚੀਜ਼ ਹੁੰਦੀ ਹੈ ਕਿ ਸਟੂਡੈਂਟ ਜਿਹੜਾ ਉਹਦਾ ਬਜਟ ਘੱਟ ਹੈ ਅੱਜ ਹੀ ਮੇਰੇ ਕੋਲ ਇੱਕ ਬੱਚੇ ਦਾ ਸਿੰਗਾਪੁਰ ਦਾ ਵੀਜ਼ਾ ਆਇਆ ਉਹਨੇ ਜਾਣਾ ਆਸਟ੍ਰੇਲੀਆ ਲੇਕਿਨ ਉਹਦਾ ਬਜਟ ਘੱਟ ਸੀਗਾ ਓਕੇ ਠੀਕ ਹੈ ਇਨਸਟੈਡ ਆਫ ਵੇਸਟਿੰਗ ਟਾਈਮ ਉਹਨੇ ਕਿਹਾ ਮੈਡਮ ਮੇਰਾ ਸਿੰਗਾਪੁਰ ਕਰ ਦੋ ਉਹਨੂੰ ਜਿਹੜਾ ਅਸੀਂ ਹਸਪਿਟਲ ਮੈਨੇਜਮੈਂਟ ਦਾ ਦਿੱਤਾ ਆਸਟ੍ਰੇਲੀਆ ਦੀ ਜਿਹੜੀ ਯੂਨੀਵਰਸਿਟੀ ਹੈ ਉਹਨਾਂ ਦਾ ਆਪਦਾ ਕਾਲਜ ਹੈ ਸਿੰਗਾਪੁਰ ਚ ਇੱਕ ਸਾਲ ਇੱਥੇ ਪੜ੍ਹ ਕੇ ਸੈਕਿੰਡ ਈਅਰ ਇਹ ਇਲੀਜੀਬਲ ਹੋਏਗਾ ਕਿਉਂਕਿ ਬੱਚੇ ਨੇ ਬੜੀ ਸਮਝਦਾਰੀ ਨਾਲ ਕੰਮ ਕੀਤਾ ਇੱਕ ਸਾਲ ਦਾ ਜੋ ਹਸਪਿਟੈਲਿਟੀ ਦਾ ਇਹਦੇ ਕੋਲ ਹੈ ਇਹ ਈਵਨ ਕੈਨੇਡਾ ਵਾਸਤੇ ਵੀ ਇਲੀਜੀਬਲ ਹੋਏਗਾ ਰੀਜ਼ਨ ਬੀਂਗ ਕਿ ਹਸਪਿਟੈਲਿਟੀ ਦੀ ਡਿਮਾਂਡ ਇੰਨੀ ਕੁ ਜ਼ਿਆਦਾ ਹੈ ਕੈਨੇਡਾ ਵਿੱਚ ਵੀ ਉਹਨਾਂ ਦੇ ਜਿਹੜੇ ਬੰਦੇ ਇਹ ਡਿਮਾਂਡ ਕਰਦੇ ਪੂਰੇ ਨਹੀਂ ਹੁੰਦੇ ਠੀਕ ਹੈ ਠੀਕ ਹੈ ਨਾ ਤੇ ਇਹ US ਜਿਹੜਾ ਔਰ ਆਸਟ੍ਰੇਲੀਆ ਠੀਕ ਹੈ ਔਰ ਕੈਨੇਡਾ ਤਿੰਨਾਂ ਵਾਸਤੇ ਬੱਚਾ ਇਲੀਜੀਬਲ ਹੈ ਹਰ ਬੱਚਾ ਜਿਹੜਾ ਸਟੂਡੈਂਟ ਹੈ ਆਪਣੇ ਕਈ ਵਾਰੀ ਕਹਿੰਦੇ ਮੈਂ ਕੈਨੇਡਾ ਡਾਇਰੈਕਟ ਸ਼ਿਓਰਟੀ ਹੁੰਦੀ ਹੈ ਕੋਈ ਪਾਥਵੇ ਪ੍ਰੋਗਰਾਮ ਦੀ ਕਿ 100% ਮਿਲੇਗਾ ਹੀ ਜਾਂ ਫਿਰ ਰਿਸਕ ਫੈਕਟਰ ਹੈ ਇਹਦੇ ਚ ਕਿਉਂਕਿ 2016-17 ਚ ਕੁਝ ਰਿਸਕ ਫੈਕਟਰ ਵਾਲਾ ਅਸੀਂ ਦੇਖਿਆ ਸੀਗਾ ਉਹਦੇ ਬਾਰੇ ਕੀ ਕਹੋਗੇ ਦੇਖੋ ਏਦਾਂ ਮਨਦੀਪ ਰਿਸਕ ਫੈਕਟਰ ਮੈਂ ਕਿਸੇ ਚੀਜ਼ ਨੂੰ ਰਿਸਕ ਵੀ ਨਹੀਂ ਮੰਨਦੀ 100% ਵੀ ਨਹੀਂ ਮੰਨਦੀ ਰੀਜ਼ਨ ਬੀਂਗ ਸਟੂਡੈਂਟ ਉੱਥੇ ਗਿਆ ਉਹ ਪੜਿਆ ਹੀ ਨਹੀਂ ਫਿਰ ਕਿਵੇਂ ਵੀਜ਼ਾ ਫਿਰ ਤਾਂ ਰਿਸਕ ਫੈਕਟਰ ਫਿਰ ਤਾਂ ਰਿਸਕ ਹੈ ਸਟੂਡੈਂਟ ਉੱਥੇ ਜਾ ਕੇ ਸਮਾਰਟਲੀ ਜੋ ਕਰੇਗਾ ਪ੍ਰੋਗਰਾਮ ਕੰਪਲੀਟ ਕਰੇਗਾ ਮੈਂ ਇਹੋ ਜਿਹੇ ਬੱਚੇ ਭੇਜੇ ਜਿਨ੍ਹਾਂ ਨੂੰ ਬਿਲਕੁਲ ਕੁਛ ਨਹੀਂ ਆਉਂਦਾ ਸੀ ਸਾਨੂੰ ਉਮੀਦ ਨਹੀਂ ਸੀ ਉਹ ਬੱਚੇ ਸਿੰਗਾਪੁਰ ਤੋਂ ਆਸਟ੍ਰੇਲੀਆ ਪਹੁੰਚ ਗਏ ਠੀਕ ਹੈ ਇੱਕ ਦਰਸ਼ਕ ਦਾ ਸਵਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਰਾਹੁਲ ਕਹਾਂ ਸੇ ਬੋਲ ਰਹੇ ਹੋ ਜੀ ਮੈਂ ਅੰਬਾਲਾ ਕੈਂਟ ਸੇ ਬੋਲ ਰਹਾ ਹੂੰ ਅੰਬਾਲਾ ਠੀਕ ਹੈ ਕੀ ਸਵਾਲ ਹੈ ਰਾਹੁਲ ਮੈਮ ਮੈਨੇ ਨਾ ਟੂਰਿਸਟ ਵੀਜ਼ਾ ਕੇ ਬਾਰੇ ਮੈਂ ਪਤਾ ਕਰਨਾ ਸੀ ਕਿਹੜੀ ਕੰਟਰੀ ਮੈਮ ਕੈਨੇਡਾ ਜਾਂ USA ਪ੍ਰੋਫਾਈਲ ਕੀ ਹੈ ਤੁਹਾਡੀ ਪ੍ਰੋਫਾਈਲ ਤੋਂ ਮੈਂ ਜੌਬ ਕਰ ਰਹਾ ਹੂੰ 12 ਸਾਲ ਸੇ ਕੰਟੀਨਿਊ ਉਮਰ ਹੈਲੋ ਉਮਰ ਕਿਆ ਹੈ ਸਰ ਆਪਕੀ 35 ਸਵਾਲ ਕੀ ਹੈ ਤੁਹਾਡਾ ਸਰ ਜੌਬ ਦੀ ਸੈਲਰੀ ਅਕਾਊਂਟ ਚ ਹੈ ਪਹਿਲਾਂ ਕਿਸੇ ਕੰਟਰੀ ਘੁੰਮ ਫਿਰ ਕੇ ਆਏ ਹੋ ਚਲੋ ਮਨਦੀਪ ਮੈਂ ਦੱਸਦੀ ਹਾਂ ਜੀ ਮੈਂ ਸਿੰਗਾਪੁਰ ਵੀ ਟਰੈਵਲ ਨੂੰ ਟੂਰਿਸਟ ਵੀਜ਼ਾ ਤੇ ਔਰ ਦੁਬਈ ਮੈਂ ਵੀ ਟਰੈਵਲ ਨੂੰ ਹਾਂਜੀ ਠੀਕ ਹੈ ਕੈਨੇਡਾ ਤੇ ਮੇਰੀ ਰਿਫਿਊਜ਼ਲ ਹੈ ਪਹਿਲੇ ਓਕੇ ਜੀ ਮੈਮ ਦੱਸੋ ਹੁਣ ਕੈਨੇਡਾ ਤੋਂ ਕੈਨੇਡੀਅਨ ਐਮਬੈਸੀ ਨੇ ਤਾਂ ਪਹਿਲੇ ਡਿਸੀਜਨ ਦੇ ਦਿੱਤਾ ਇਹਨੂੰ ਮੈਂ ਤੁਹਾਨੂੰ ਦੱਸੂਗੀ ਜਿਹੜੀ ਦੇਖੋ ਮੇਰੇ ਕੋਲ ਟੂਰਿਸਟ ਵੀਜ਼ਾ ਦਾ ਬਹੁਤ ਸਪਾਊਸ ਡਿਪੈਂਡੈਂਟ ਮੈਂ ਸੁਪਰ ਵੀਜ਼ਾ ਆਲਮੋਸਟ 100% ਸਕਸੈਸ ਰੇਟ ਚੱਲ ਰਿਹਾ ਮੇਰਾ ਰਾਈਟ ਸਪਾਊਸ ਵੀਜ਼ਾ ਐਂਡ ਸੁਪਰ ਵੀਜ਼ਾ ਦੇ ਠੀਕ ਹੈ ਜਿਹੜਾ ਟੂਰਿਸਟ ਵੀਜ਼ਾ ਕਿਸੇ ਵੀ ਕੰਟਰੀ ਵਾਸਤੇ ਇਹਦਾ ਪ੍ਰੋਫਾਈਲ ਜੇ ਸਹੀ ਹੋਏਗਾ ਵੀਜ਼ਾ ਨਿਕਲਣਾ ਹੀ ਨਿਕਲਣਾ ਹੁਣ ਪ੍ਰੋਫਾਈਲਿੰਗ ਚ ਕੀ ਹੈ ਇਹ ਕਹਿੰਦੇ ਮੈਂ ਸਿੰਗਾਪੁਰ ਹੋਇਆ ਮੇਰੀ ਟਰੈਵਲ ਹਿਸਟਰੀ ਹੈ ਦੁਬਈ ਹੋਇਆ ਸਾਰੇ ਬੰਦੇ ਜਿਨ੍ਹਾਂ ਨੇ ਲਾਣਾ ਉਹ ਏਜੰਟ ਕਹਿੰਦਾ ਕਿ ਤੁਸੀਂ ਟ੍ਰੈਵਲਿੰਗ ਹਿਸਟਰੀ ਬਣਾਓ ਇੱਥੇ ਥਾਈਲੈਂਡ ਚਲੇ ਜਾਓ ਸਿੰਗਾਪੁਰ ਚਲੇ ਜਾਓ ਰਾਈਟ ਹੁਣ ਇਹਨਾਂ ਦੀ ਆਪਣੀ ਜੇ ਕੰਪਨੀ ਚੱਲ ਰਹੀ ਹੈ ਕਿਸੇ ਦੀ ਉਹਦੀ ਬੈਲੈਂਸ ਸ਼ੀਟ ਅੱਛੀ ਹੈ ਉਹਦਾ ਪ੍ਰੋਫਿਟ ਲਾਸ ਅਕਾਊਂਟ ਅੱਛਾ ਹੈ ਔਰ ਉਹਦੇ ਇਹਨਾਂ ਅਕਾਊਂਟ ਚ ਸੇਵਿੰਗਸ ਹੈ ਪ੍ਰੋਫਾਈਲ ਬਣਿਆ ਹੋਇਆ ਉਹਦਾ ਵੀਜ਼ਾ ਕਦੀ ਅੰਬੈਸੀ ਨਹੀਂ ਰੁਕੇਗੀ ਠੀਕ ਹੈ ਰਾਈਟ ਹੁਣ ਜਿਹੜਾ ਇੱਕ ਬੱਚਾ ਜਿਹਦਾ ਬੱਚੇ ਦਾ ਮੈਂ ਦੱਸ ਰਹੀ ਸੀ ਸਿੰਗਾਪੁਰ ਦਾ ਵੀਜ਼ਾ ਆਇਆ ਠੀਕ ਹੈ ਉਹ ਕਿਸੇ ਏਜੰਟ ਕੋਲ ਚੀਟਿੰਗ ਕਰਾ ਕੇ ਆਇਆ 2.5 ਲੱਖ ਰੁਪਿਆ ਉਹ ਟੂਰਿਸਟ ਵੀਜ਼ਾ ਕੈਨੇਡਾ ਦਾ ਦੇ ਕੇ ਆਇਆ ਔਰ ਰਿਜੈਕਟ ਕਰਾ ਕੇ 20 ਸਾਲ ਦੇ ਬੱਚੇ ਦਾ ਕੀ ਟੂਰਿਸਟ ਵੀਜ਼ਾ ਲੱਗ ਸਕਦਾ ਇਹ ਬਹੁਤ ਆਪਣੇ ਆਪ ਚ ਕੁਐਸਚਨ ਮਾਰਕ ਹੈ ਨਾ ਉਹ ਜੇ ਬੱਚਿਆਂ ਦਾ ਖਾਲੀ ਇੱਕ ਟੂਰਿਸਟ ਵੀਜ਼ਾ ਦੀ ਐਡ ਦੇ ਕੇ ਉਹ ਇਦਾਂ ਦਾ ਵੀਜ਼ਾ ਜਿਹੜੇ ਆ ਅਪਲਾਈ ਖਰਾਬ ਕਰ ਦਿੰਦੇ ਆ ਟੂਰਿਸਟ ਵੀਜ਼ਾ ਵਾਸਤੇ ਤੁਹਾਡਾ ਪ੍ਰੋਫਾਈਲ ਠੀਕ ਹੋਣਾ ਚਾਹੀਦਾ ਵੀਜ਼ਾ ਆਲਮੋਸਟ ਲੱਗਦਾ ਲੇਕਿਨ ਪਤਾ ਹੋਣਾ ਚਾਹੀਦਾ ਕਿ ਮੈਂ ਆਪਣੀ ਟ੍ਰੈਵਲ ਹਿਸਟਰੀ ਕਿੱਦਾਂ ਬਣਾਉਣੀ ਹੈ ਤੁਹਾਡੇ ਕੋਲ ਚੰਗਾ ਪੈਸਾ ਹੈ ਤੁਹਾਡਾ ਕੰਮ ਚੱਲ ਰਿਹਾ ਵਾਈ ਨਾਟ ਤੁਸੀਂ ਕਿਉਂ ਨਹੀਂ ਯੂਰਪ ਇੱਕ ਵਾਰੀ ਹੋਵਾਂਦੇ ਸੈਲਰੀ ਹੋਈ ਜਾਂ ਬਿਜ਼ਨਸ ਹੋਇਆ ਪ੍ਰਭਾਵ ਪੈਂਦਾ ਇਹਨਾਂ ਚੀਜ਼ਾਂ ਦਾ ਵੀ ਬਿਲਕੁਲ ਇਹ ਕਹਿੰਦੇ ਅਕਾਊਂਟ ਚ ਸੈਲਰੀ ਆ ਰਹੀ ਹੈ ਪ੍ਰੋਫਾਈਲ ਠੀਕ ਹੈ 35 ਦੀ ਏਜ ਹੈ ਮੈਨੂੰ ਨਹੀਂ ਪਤਾ ਕਿ ਕੀ ਪ੍ਰੋਬਲਮ ਆਈ ਹੈ ਕਿਉਂ ਮਿਸ ਰਿਪ੍ਰੈਜੈਂਟੇਸ਼ਨ ਹੋਈ ਹੈ ਕਿਉਂ ਫਾਈਲ ਰਿਜੈਕਟ ਹੋਈ ਹੈ ਜੇ ਸਹੀ ਔਰ ਫਾਈਲ ਰਿਜੈਕਟ ਕਰ ਸਕਦੇ ਆ ਅੱਜ ਰਿਜੈਕਟ ਕੀਤੀ ਦੁਬਾਰਾ ਲਾ ਲਓ ਤੁਸੀਂ ਆਪਣੇ ਰੀਜ਼ਨ ਦੱਸੋ ਕਿ ਮੈਂ ਮੈਨੂੰ ਦੁਬਾਰਾ ਡਿਸੀਜਨ ਦਿੱਤਾ ਜਾਏ ਔਰ ਇਹੋ ਜਿਹੇ ਮੈਂ ਆਪਦੇ ਹੱਥੋਂ ਕੇਸ ਦੇਖੇ ਕਿ ਅੱਜ ਰਿਜੈਕਟ ਹੋ ਗਿਆ 15 ਦਿਨ ਚ ਵੀਜ਼ਾ ਠੀਕ ਹੈ ਜੀ ਅਗਲੇ ਦਰਸ਼ਕ ਨਾਲ ਨੇ ਜੀ ਸਵਾਗਤ ਹੈ ਜੀ ਕੀ ਸਵਾਲ ਹੈ ਤੁਹਾਡਾ ਹਾਂਜੀ ਮੈਂ ਆਪਣੇ ਬੇਟੇ ਬਾਰੇ ਪੁੱਛਣਾ ਸੀਗਾ ਉਹਨੇ ਅਜੇ ਰੀਸੈਂਟ ਪਲੱਸ ਟੂ ਕੀਤੀ ਹੈ ਓਕੇ ਠੀਕ ਹੈ 2021 ਪਾਸ ਆਊਟ ਹੋ ਗਿਆ ਕਮਰਸ ਹੈ ਪੰਜਾਬ ਬੋਰਡ ਤੋਂ ਓਕੇ 88% ਹੈ ਓਕੇ ਤੇ
सवाल की है ऑस्ट्रेलिया जाना है, ऑस्ट्रेलिया जाना है। ठीक है जी, आंसर सुनो तुसी टीवी ने कीता एक ही चाहे ना ने एक स्टडी कंप्लीट हुई है ते साढ़े पांच एक साढ़े पांच ने ओवरऑल साढ़े छे ने 88% पंजाब बोर्ड तो नहीं ये कोई प्रॉब्लम नहीं है क्योंकि साढ़े पांच एक चाहे मैं पिछे भी अपना दो तीन क्वेश्चन हो जे लै लिया एक मॉड्यूल साढ़े पांच बैंड की सानू कोई प्रॉब्लम नहीं है तुसी अप्लाई कर सकते हो ओवरऑल प्रोफाइल ठीक है जिन्हें मैं पॉइंट्स दसे कि गैप नहीं होना चाहिए परसेंटेज ठीक हूं जेड़ा मेन फैक्टर आस्ट्रेलिया वास्ते ध्यान नाल सुनो कि तुहाडी इनकम ठीक होनी चाहिए वह भी मैं पिछे कवर कर लिया जब तुहाडी इनकम ठीक है फाइनेंशियल डॉक्यूमेंट्स ठीक है तुहाडे कोल सेविंग है तुसी अप्लाई कर सकते हो और जब कोई लैंड सेल कीती है या तुहाडे कोल प्रूफ है जेड़ा फंड आया अचानक आया या तुसी एक्चुअल एजुकेशन लोन कराया फिर तुहानू कोई प्रॉब्लम नहीं आएगी। ठीक है मैं एक चीज होर दसूंगी तुहानू दो मिनट लाऊंगी तुहाडे स्कूलिंग वीजा इस टाइम आस्ट्रेलिया का स्टार्ट हो गया ओके है ना है। और प्रोफाइल अच्छा है स्कूलिंग वीजा विद पेरेंट्स मैं लगवाए हूं ओके बाई चांस मैं भूल गई तुहाडे स्टूडियो च लेना और जेडे भी कैंडिडेट देखना चाहते दे कैन सी ओके तुसी यूट्यूब और फेसबुक दे ऊपर देख सकते हो ना। ठीक है ओके मैम थैंक यू साडे नाल जुड़न दे लई सवालों दे जवाब देने लई बहुत बहुत धन्यवाद सत श्री अकाल जी जुड़ सकते हो जी साडे नाल तुसी भी शो तो बाद कॉल करके सवालों दे जवाब ले सकते हो चर्चा बहुत इंटरेस्टिंग है लेकिन समा इजाजत नहीं दे रहा फिर तो हाजिर होवांगे रखो ध्यान धन्यवाद सत श्री अकाल।